ਖਾਲਸਾ, ਵਾਹਿਗੁਰੂ ਕੀ ਫਤਿਹ। ਮੇਰਾ ਨਾਮ ਅਗਮਪ੍ਰੀਤ ਸਿੰਘ ਹੈ ਅਤੇ ਮੇਰੇ ਫਾਦਰ ਜੀ ਦਾ ਨਾਮ ਸਰਦਾਰ ਗੁਰਮੁਖ ਸਿੰਘ ਅਤੇ ਮੇਰੇ ਮਦਰ ਦਾ ਨਾਮ ਕਰਮਜੀਤ ਕੌਰ ਹੈ। ਮੈਂ ਛੋਟੇ ਹੁੰਦੇ ਤੋਂ ਹੀ ਗੱਤਕਾ ਖੇਡਣਾ ਪਸੰਦ ਕਰਦਾ ਹੈ ਅਤੇ ਮੈਨੂੰ ਹੋਰ ਵੀ ਮੇਰੇ 'ਚ ਕਈ ਖੂਬੀਆਂ ਹਨ, ਜਿਵੇਂ ਕਿ ਮੈਂ ਪੇਂਟਿੰਗ ਵੀ ਕਰਨਾ ਚਾਹੁੰਦਾ ਹੈ, ਗਾਣਾ ਵੀ ਜਾਣਦਾ ਹੈ ਅਤੇ ਹੋਰ ਵੀ ਬਹੁਤ ਕੁਛ ਆਉਂਦਾ ਹੈ। ਮੈਨੂੰ ਕ੍ਰਿਕਟ ਵੀ ਖੇਡਣੀ ਪਸੰਦ ਹੈ, ਫੁੱਟਬਾਲ ਵੀ ਖੇਡਣੀ ਪਸੰਦ ਹੈ ਅਤੇ ਕਈ ਤਰੀਕੇ ਦੀਆਂ ਗੇਮਾਂ ਮੈਨੂੰ ਆਉਂਦੀਆਂ ਹਨ। ਵੱਡੇ ਹੋ ਕੇ ਗੱਤਕੇ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਹੈ ਅਤੇ ਆਪਣੇ ਗੱਤੇ ਨੂੰ ਹੋਰ ਵਧੀਆ ਅਤੇ ਹੋਰ ਬੈਟਰ ਕਰਨਾ ਚਾਹੁੰਦਾ। ਨਿਆਣੀ ਉਮਰੋਂ ਹੀ ਖੇਡਦਾ ਆ ਰਿਹਾ ਹੈ ਅਤੇ ਹੁਣ ਅੱਗੇ ਵੀ ਖੇਡਦਾ ਹੋਊਂਗਾ ਅਤੇ ਜਿਵੇਂ ਜਿਵੇਂ ਗੱਤਕਾ ਮੈਂ ਖੇਡੀ ਜਾਂਦਾ ਹੈ ਅਤੇ ਮਾਹਰ ਵੀ ਹੋਈ ਜਾਂਦਾ ਹੈ ਅਤੇ ਆਪਣੇ ਹੋਰ ਵੀ ਆਪਣੇ ਦੋਸਤ ਮਿੱਤਰਾਂ ਨੂੰ ਗੱਤਕੇ ਵਿੱਚ ਲੈ ਕੇ ਆਈ ਜਾਂਦਾ ਹੈ ਅਤੇ ਜਿਵੇਂ ਹੁਣ ਵੱਡੇ ਹੋ ਗਏ ਤਾਂ ਫਿਰ ਛੋਟਿਆਂ ਨੂੰ ਵੀ ਸਿਖਾਈ ਵੀ ਜਾਂਦੇ ਗੱਤਕਾ ਨਾਲ ਅਤੇ ਗੱਤਕੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਿਖਾਈ ਜਾਂਦੇ ਆ, ਕਰੀ ਵੀ ਜਾਂਦੇ ਆ ਅਤੇ ਖਿਡਾਈ ਵੀ ਜਾਂਦੇ ਆ ਅਤੇ ਜਿੱਦਾਂ ਨਗਰ ਕੀਰਤਨ ਹੁੰਦਾ ਹੈ ਉਹ ਤਾਂ ਆਪਾਂ ਜੋਸ਼ ਵੀ ਦਿਖਾਉਂਦੇ ਹਾਂ ਅਤੇ ਬਾਕੀ ਜਿਹੜੇ ਸਾਨੂੰ ਸਾਲ ਸਿਰਫ ਅਤੇ ਸਿਰਫ 2 ਮਹੀਨੇ ਗੱਤਕਾ ਸਿੱਖਣ ਦਾ ਟਾਈਮ ਮਿਲਦਾ ਹੈ ਅਤੇ ਉਹਦੇ 'ਚ ਹਰ ਸਾਲ 2 ਮਹੀਨੇ ਪ੍ਰੈਕਟਿਸ ਕਰਕੇ ਹੀ ਆਪਾਂ ਗੱਤਕਾ ਸਿੱਖਦੇ ਹਾਂ ਅਤੇ ਵਿੱਚ ਵਿਚਾਲੇ ਕਈ ਆਪਾਂ ਗੱਤਕੇ 'ਚ ਆਪਾਂ ਕਲਾਸਾਂ ਸ਼ੁਰੂ ਕਰ ਲੈਂਦੇ ਜਿਵੇਂ ਸਾਡੇ ਵੱਡੇ ਵੀਰੇ ਹੁੰਦੇ ਹਨ ਕਿ ਉਹ ਆਪਣੀ ਸਿਖਾਉਂਦੇ ਸਾਨੂੰ ਜਿਵੇਂ ਜਿਹਦੇ ਛੋਟਾ ਹੁੰਦਾ ਸੀਗਾ ਅਤੇ ਆਪਣੇ ਵੀਰੇ ਤੋਂ ਸਿੱਖਿਆ ਹੈ ਅਤੇ ਹੁਣ ਵੀ ਆਪਣੇ ਕੋਚ ਤੋਂ ਸਿੱਖੀ ਆਉਂਦਾ ਹੈ ਅਤੇ ਗੱਤਕਾ ਵੀ ਐਂ ਚੱਲਦਾ ਹੋਊਗਾ, ਸਾਰਾ ਕੁਛ ਵਧੀਆ ਚੱਲੀ ਜਾਂਦਾ ਹੈ। ਜਦੋਂ ਫ੍ਰੀ ਹੁੰਦਾ ਹੈ ਤਾਂ ਗੱਤਕੇ ਦੀ ਪ੍ਰੈਕਟਿਸ ਵੀ ਕਰ ਲੈਂਦਾ ਹੈ ਅਤੇ ਘਰ ਵੀ ਕਰ ਲੈਂਦਾ ਹੈ ਅਤੇ ਘਰ ਵੀ ਮੈਂ ਕਈ ਬਹੁਤ ਕੁਛ ਤੋੜਿਆ, ਘਰ ਮੈਂ ਅਣਗਿਣਤ ਬੱਲਬ ਤੋੜੇ ਨੇ ਅਤੇ ਹੋਰ ਵੀ ਛੋਟਾ ਮੋਟਾ ਸਮਾਨ ਜਿਹੜਾ ਘਰ ਦਾ ਤੋੜਿਆ ਹੋਇਆ ਹੈ।
Good morning. I'm Dr. Sangeeta Saxena, principal of the Millennium School, Bhatinda. I'm very glad that my children have been selected, and especially Agam from 9th A has done wonderfully well in Gatka. He has been trained for this since he was 4 years of age. In various activities, he used to always participate and work on this, and the parents were also very dedicated. The teachers here really helped him, so he got this success. Then there was Prabjot Kaur, who is a ਸਾਡੇ ਸਕੂਲ 'ਚ ਵਿਸਾਖੀ ਹੁੰਦੀ ਹੈ ਤਾਂ ਉਦੋਂ ਮੈਂ ਆਪਣਾ ਗੱਤਕਾ ਜਿਹੜਾ ਹੈ ਉਹ ਪ੍ਰਦਰਸ਼ ਕਰਦਾ ਹਾਂ ਅਤੇ ਐਨੂਅਲ ਫੰਕਸ਼ਨ ਮੈਂ ਨਾਟਕ ਵੀ ਖੇਡੇ ਹੋਏ ਮੈਨੂੰ ਨਾਟਕ ਵੀ ਕਰਨਾ ਆਉਂਦਾ ਹੈ ਅਤੇ ਮੈਨੂੰ ਗਾਣਾ ਵੀ ਆਉਂਦਾ ਹੈ ਜਿਹੜਾ ਮੈਂ ਸਕੂਲ 'ਚ ਕਰਤਾ ਹੋਇਆ ਹੈ ਅਤੇ ਮੈਂ ਸਕਾਊਟ ਐਂਡ ਗਾਈਡ ਵਿੱਚ ਵੀ ਹਾਂ ਮੈਂ ਉਹਦੇ 'ਚ ਪਾਰਟੀਸਪੇਟ ਕੀਤਾ ਹੋਇਆ ਹੈ ਮੈਨੂੰ ਪਰੇਡ ਵੀ ਕਰਨੀ ਆਉਂਦੀ ਹੈ ਮੈਂ ਆਪਣਾ ਹੁਣ ਸਿੱਕਮ ਵੀ ਜਾਊਂਗਾ ਸਕਾਊਟ ਐਂਡ ਗਾਈਡ ਦੀ ਖਾਤਰ ਅਤੇ ਅਜੇ 'ਚ ਅੱਗੇ ਜਾਵਾਂਗੇ Thank you.
ਮੇਰਾ ਨਾਮ ਸੁਰਿੰਦਰ ਸਿੰਘ ਹੈ ਅਤੇ ਮੈਂ ਦਾ ਮਿਲੇਨੀਅਮ ਸਕੂਲ ਦੇ ਵਿੱਚ ਫਾਈਨ ਆਰਟ ਟੀਚਰ ਹਾਂ। ਤਕਰੀਬਨ ਮੈਨੂੰ 5 ਜਾਂ 6 ਸਾਲ ਹੋ ਚੁੱਕੇ ਅਦਾਰੇ ਨਾਲ ਜੁੜੇ ਹੋਏ। ਅਤੇ ਅਗਮਪ੍ਰੀਤ ਦੀ ਜੇ ਗੱਲ ਕਰੀਏ, ਅਗਮਪ੍ਰੀਤ ਨੂੰ ਮੈਂ ਛੋਟੇ ਤੋਂ ਹੀ ਜਾਣਦਾ, ਬਚਪਨ ਤੋਂ ਹੀ। ਇਹਦੇ ਵਿੱਚ ਬਹੁਤ ਹੀ ਜ਼ਿਆਦਾ ਲਗਾਵ ਆ ਹਰੇਕ ਚੀਜ਼ ਸਿੱਖਣ ਦੇ ਵਾਸਤੇ। ਜਿਵੇਂ ਕਿ ਆਪਾਂ ਗੱਲ ਕਰੀਏ ਗੱਤਕਾ, ਗੱਤਕਾ ਇਹ ਸਟਾਰਟਿੰਗ ਤੋਂ ਹੀ ਸਿੱਖਦਾ ਆ ਰਿਹਾ ਛੋਟੇ ਹੁੰਦੇ ਤੋਂ ਹੀ, ਅਤੇ ਨਾਲ ਨਾਲ ਰੁਚੀ ਇਹਦੀ ਹੋਰ ਵੀ ਵਿਸ਼ਿਆਂ ਦੇ ਵਿੱਚ ਆ, ਪੰਜਾਬੀ ਨੂੰ ਲੈ ਕੇ ਅਤੇ ਨਾਲ ਚਿੱਤਰਕਲਾ ਨੂੰ ਲੈ ਕੇ। ਇਹ ਸਾਰੇ ਵਿਸ਼ੇ ਬਹੁਤ ਹੀ ਵਧੀਆ ਤਰੀਕੇ ਨਾਲ ਕਰਦਾ ਰਿਹਾ। ਆਪਾਂ ਗੱਲ ਕਰੀਏ ਪੜ੍ਹਾਈ ਦੇ ਵਿੱਚ, ਪੜ੍ਹਾਈ ਦੇ ਵਿੱਚ ਬਹੁਤ ਵਧੀਆ ਚੰਗੇ ਨੰਬਰਾਂ ਨਾਲ ਲੈ ਕੇ ਇਹ ਪਾਸ ਹੁੰਦਾ ਰਿਹਾ। ਅਤੇ ਹੁਣ ਜਿਵੇਂ ਜਿਵੇਂ ਅੱਗੇ ਵੱਧ ਰਿਹਾ, ਇਹਦੀ ਅੱਗੇ ਗਰੋਥ ਹੁੰਦੀ ਜਾ ਰਹੀ ਹੈ ਅਤੇ ਗੱਤਕਾ ਸਿੱਖਣ ਦੇ ਵਿੱਚ ਹੋਰ ਵੀ ਮਾਹਿਰ ਹੁੰਦਾ ਜਾ ਰਿਹਾ। ਕਿਸਮੇ ਕਿਤਨਾ ਹੈ ਦਮ ਜਿਹੜਾ ਪ੍ਰੋਗਰਾਮ ਹੈ ਉਸਦੇ ਵਿੱਚ ਅਗਮ 4 ਰਾਊਂਡ ਕਲੀਅਰ ਕਰ ਚੁੱਕਿਆ, ਅਤੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਜਿਹੜੇ ਫਾਈਨਲ ਰਾਊਂਡ ਦੇ ਵਿੱਚ ਅਗਮਪ੍ਰੀਤ ਵਿਨਰ ਰਹੇ, ਆਪਣੇ ਸਕੂਲ ਦਾ, ਆਪਣੇ ਸ਼ਹਿਰ ਦਾ, ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇ। ਸਿੰਘ ਹੈ ਜੀ, ਅਤੇ ਮੈਂ ਅਗਮਪ੍ਰੀਤ ਦਾ ਫਾਦਰ ਹੈ, ਉਹਦਾ ਡੈਡੀ ਹੈ, ਅਤੇ ਮੈਂ ਅਗਮਪ੍ਰੀਤ ਨੂੰ
ਬਿਲਕੁਲ ਬਚਪਨ ਤੋਂ ਦੇਖਿਆ ਉਹਦੇ ਪੂਰੇ ਆਉਂਦਾ, ਯਾਨੀ ਬਚਪਨ ਦਾ ਉਹਦਾ ਆਨੰਦ ਮਾਣਿਆ, ਮੈਂ ਵੀ ਮਾਣਿਆ ਉਹਦੇ ਨਾਲ ਉਹਦਾ ਜਿਹੜਾ ਬਚਪਨ ਦਾ ਆਨੰਦ ਹੈ। ਅਤੇ ਮੇਰੇ ਬੇਟੇ 'ਚ ਬਹੁਤ ਵੱਡੇ ਗੁਣ ਨੇ, ਗੁਣ ਜਿਹੜੇ ਉਹਦੇ ਵਿੱਚ ਨੇ ਕਿ ਇੱਕ ਤਾਂ ਉਹ ਉਸਨੂੰ ਗੁਰਬਾਣੀ ਨਾਲ ਬਹੁਤ ਜ਼ਿਆਦਾ ਲਗਾਵ ਹੈ, ਗੁਰੂ ਘਰ ਦੇ ਨਾਲ ਬਹੁਤ ਜ਼ਿਆਦਾ ਲਗਾਵ ਹੈ, ਔਰ ਗੁਰੂ ਘਰ ਦੇ ਲਗਾਵ ਕਰਕੇ ਉਹ ਜਿਵੇਂ ਅੱਜ ਕੱਲ੍ਹ ਪੋਹ ਦੇ ਦਿਨ ਚੱਲ ਰਹੇ ਨੇ, ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਭਾਤ ਫੇਰੀਆਂ ਚੱਲ ਰਹੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ, ਅਤੇ ਸਵੇਰੇ 4 ਵਜੇ ਉੱਠ ਕੇ ਉਹ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਪ੍ਰਭਾਤ ਫੇਰੀਆਂ ਵਿੱਚ ਰੈਗੂਲਰ ਜਾਂਦਾ ਹੈ ਔਰ ਉੱਥੇ ਸੇਵਾ ਕਰਦਾ। ਉਸ ਤੋਂ ਸਿਵਾ ਵੀ ਉਸਨੂੰ ਗੱਤਕੇ ਦਾ ਬਚਪਨ ਤੋਂ ਹੀ ਸ਼ੌਕ ਹੈ, ਗੱਤਕੇ ਵਾਸਤੇ ਜਦੋਂ ਤੋਂ ਉਸਨੇ ਸਟਾਰਟ ਕੀਤਾ ਹੈ, ਡੈਟ ਟਾਈਮ ਹੀ ਵਾਜ ਜਸਟ ਇਫ ਆਈ ਐਮ ਟਾਕਿੰਗ ਅਬਾਊਟ ਹਿਮ, ਤੋਂ 7 ਕੁ ਸਾਲਾਂ ਦਾ ਸੀਗਾ ਜਦੋਂ ਕਿ ਇਹ 7 ਕੁ ਸਾਲਾਂ ਤੋਂ ਇਹਨੇ ਗੱਤਕਾ ਸਟਾਰਟ ਕੀਤਾ ਆਪਣਾ, ਔਰ ਉਸ ਸਮੇਂ ਤੋਂ ਅੱਜ ਤੱਕ ਇਹ ਗੱਤਕਾ ਰੈਗੂਲਰ ਕਰਦਾ ਰਿਹਾ। ਔਰ ਗੱਤਕੇ ਦੇ ਵਿੱਚ ਇਹ ਘਰੇ ਵੀ, ਯਾਨੀ ਇਸ ਜਦੋਂ ਵੀ ਇਸਨੂੰ ਸਮਾਂ ਮਿਲਦਾ, ਇਹ ਆਪਣਾ ਕੋਈ ਸ਼ਸਤਰ ਚੱਕਦਾ ਅਤੇ ਉਹਦੀ ਪ੍ਰੈਕਟਿਸ ਕਰਦਾ, ਔਰ ਸਾਡੇ ਨੇ ਕਈ ਘਰ ਦੇ ਬਲਬ ਨੇ ਜਿਹੜੇ ਉਹ ਇਹਦੇ ਨਾਲ ਭੰਨੇ ਵੀ ਨੇ, ਜਿਹਦੇ ਕਿ ਇੱਕ ਮਤਲਬ ਇਹਦੇ ਵਾਸਤੇ ਮੇਰੇ ਵਾਸਤੇ ਇੱਕ ਮਤਲਬ ਇੱਕ ਚੰਗੀ ਅਚੀਵਮੈਂਟ ਹੈ, ਮੈਂ ਕਹੂੰਗਾ ਜਿਹੜੇ ਭੰਨਦਾ, ਕੋਈ ਗੱਲ ਨਹੀਂ, ਚੰਗੀ ਗੱਲ ਹੈ ਜਿਹੜੇ ਉਹ ਭੰਨਦਾ। ਅਤੇ ਮੈਨੂੰ ਬਹੁਤ ਪ੍ਰਾਊਡ ਹੈ ਮੇਰੇ ਬੇਟੇ 'ਤੇ ਕਿ ਇਹ ਅੱਛੀ ਤਰ੍ਹਾਂ ਆਪਣੀ ਮਿਹਨਤ ਕਰਦਾ ਰਹੇ, ਜ਼ਿੰਦਗੀ ਵਿੱਚ ਪੂਰਾ ਕਾਮਯਾਬ ਹੋਵੇ, ਜੋ ਬਣਨਾ ਚਾਹੁੰਦਾ। ਅੱਜ ਤੱਕ ਉਸ 'ਤੇ ਕੋਈ ਪ੍ਰੈਸ਼ਰ ਨਹੀਂ ਹੈ ਵੀ ਤੂੰ ਕੀ ਪੜ੍ਹਾਈ 'ਚ ਕੀ ਕਰਨਾ, ਕਿਵੇਂ ਕਰਨਾ, ਜਿਵੇਂ ਉਹ ਕਰ ਰਿਹਾ ਸੋ ਆਪਣੀ ਮਰਜ਼ੀ ਨਾਲ ਕਰ ਰਿਹਾ। ਅਸੀਂ ਐਜ਼ ਏ ਟੀਚਰ, ਮੈਂ ਫਿਰ ਵੀ ਉਸ 'ਤੇ ਕਦੇ ਵੀ ਪ੍ਰੈਸ਼ਰ ਨਹੀਂ ਪਾਇਆ ਵੀ ਤੂੰ ਇੰਨਾ ਪੜ੍ਹ ਜਾਂ ਤੂੰ ਆਹ ਕੰਮ ਕਰ, ਆਪਣੀ ਮਰਜ਼ੀ ਨਾਲ ਆਪਣੇ ਸ਼ੌਕ ਦੇ ਨਾਲ ਉਹ ਕਰਦਾ। ਔਰ ਮੈਨੂੰ ਖੁਸ਼ੀ ਹੈ ਕਿ ਉਹ ਅੱਜ ਤੱਕ ਬਹੁਤ ਵਧੀਆ ਆਪਣੀ ਕਾਰਗੁਜ਼ਾਰੀ ਮੈਨੂੰ ਕਰਕੇ ਦਿੱਤੀ ਹੈ। ਥੈਂਕ ਯੂ। ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਉਹ ਕਿਸਮੇ ਕਿਤਨਾ ਹੈ ਦਮ ਜੋ ਆਪਣਾ ਟੀ ਵੀ ਸ਼ੋਅ ਹੈ, ਉਸਦੇ 4 ਰਾਊਂਡ ਕਲੀਅਰ ਕਰਕੇ ਫਾਈਨਲ ਰਾਊਂਡ ਦੇ ਵਿੱਚ ਭਰਿਆ ਪਹੁੰਚਿਆ ਹੈ। ਅਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਮੇਰਾ ਬੇਟਾ ਇਸ ਰਾਊਂਡ ਨੂੰ ਕਲੀਅਰ ਕਰੇ, ਫਾਈਨਲ ਦੇ ਵਿੱਚ ਉਹ ਵਿਨਰ ਬਣੇ ਅਤੇ ਆਪਣੇ ਸ਼ਹਿਰ, ਆਪਣੇ ਸਕੂਲ, ਆਪਣੇ ਪਰਿਵਾਰ ਦਾ ਨਾਮ ਉੱਚਾ ਕਰੇ। ਧੰਨਵਾਦ ਜੀ। Thank you.
ਸ਼੍ਰੀਕਾਲ, ਮੇਰਾ ਨਾਮ ਕਰਮਜੀਤ ਕੌਰ ਹੈ। ਮੈਂ ਦ ਮਿਲੇਨੀਅਮ ਸਕੂਲ ਬਠਿੰਡਾ ਦੇ ਵਿੱਚ ਪੜ੍ਹਾਉਂਦੀ ਹੈਗੀ। ਅਗਮਪ੍ਰੀਤ ਸਿੰਘ ਮੇਰਾ ਬੇਟਾ ਹੈ। ਜੇ ਮੈਂ ਉਹਦੇ ਜੀਵਨ ਦੀ ਗੱਲ ਕਰਾਂ ਤਾਂ ਮੈਂ ਬੜਾ ਪ੍ਰਾਊਡ ਫੀਲ ਕਰਦੀ ਹਾਂ ਕਿ ਮੈਂ ਉਸਦੀ ਮਾਂ ਗੀ, ਕਿਉਂਕਿ ਮੋਸਟਲੀ ਇਹ ਕਿਹਾ ਜਾਂਦਾ ਗਾ ਕਿ ਬੱਚੇ ਆਪਣਾ ਹੀ ਕਰਮ ਆਪ ਲਿਖਵਾ ਕੇ ਲੈ ਕੇ ਆਉਂਦੇ ਨੇ। ਅੱਜ ਜਿਹੋ ਜਿਹੀ ਜ਼ਿੰਦਗੀ ਸਾਡੀ ਖੂਬਸੂਰਤ ਹੈਗੀ, ਇਹ ਸਾਡੇ ਅਗਮਪ੍ਰੀਤ ਸਿੰਘ ਕਰਕੇ ਹੀ ਹੈ। ਜੇ ਮੈਂ ਇਹਦੇ ਬਚਪਨ ਦੀਆਂ ਗੱਲਾਂ ਕਰਾਂ ਤਾਂ ਇਹਦੇ ਜਨਮ ਤੋਂ ਪਹਿਲਾਂ ਜੇ ਮੈਂ ਦੱਸਾਂ ਤਾਂ ਸਾਨੂੰ ਡਾਕਟਰਾਂ ਨੇ ਬਿਲਕੁਲ ਹੀ ਜਵਾਬ ਦੇ ਦਿੱਤਾ ਸੀ ਕਿ ਤੁਸੀਂ ਕਦੀ ਔਲਾਦ ਦਾ ਸੁੱਖ ਨਹੀਂ ਮਾਣ ਸਕਦੇ, ਤੁਹਾਡੇ ਘਰੇ ਕਦੀ ਔਲਾਦ ਨਹੀਂ ਹੋ ਸਕਦੀ। ਪਰ ਮੈਂ ਇੱਥੇ ਉਹਨਾਂ ਡਾਕਟਰਾਂ ਦਾ ਜ਼ਿਕਰ ਕਰਨਾ ਜ਼ਰੂਰੀ ਨਹੀਂ ਸਮਝਾਂਗੀ, ਕਿਉਂਕਿ ਫਿਰ ਅਸੀਂ ਇੱਕ ਵੱਡੇ ਡਾਕਟਰ ਦਾ ਪੱਲਾ ਫੜਿਆ, ਵਾਹਿਗੁਰੂ ਜੀ ਦਾ, ਅਤੇ ਅਸੀਂ ਸੁਖਮਨੀ ਸਾਹਿਬ ਦੇ ਜਾਪ ਕੀਤੇ, ਅਤੇ ਸਾਡੇ ਘਰ ਅੱਜ ਜੋ ਅਗਮਪ੍ਰੀਤ ਸਿੰਘ ਸਾਡਾ ਬੇਟਾ ਗਾ, ਉਹ ਟੋਟਲੀ ਸੁਖਮਨੀ ਸਾਹਿਬ ਦੇ ਪਾਠ ਦੀ ਦੇਣ ਹੈਗੀ। ਬਿਨਾਂ ਕਿਸੇ ਦਵਾਈ ਬੂਟੀ ਤੋਂ ਅਸੀਂ ਆਪਣੇ ਬੇਟੇ ਨੂੰ ਜਨਮ ਦਿੱਤਾ, ਅਤੇ ਅੱਜ ਸਾਡਾ ਬੇਟਾ ਸਾਡੇ ਸੁਪਨਿਆਂ ਨੂੰ ਪੂਰਾ ਕਰਦਾ ਹੋਇਆ ਅੱਗੇ ਵੱਧ ਰਿਹਾ ਗਾ। ਇਹਦੇ ਵਿੱਚ ਨਿਮਰਤਾ, ਹਲੀਮੀ, ਸਹਿਣਸ਼ੀਲਤਾ ਵਰਗੇ ਗੁਣ ਪਰਮਾਤਮਾ ਵੱਲੋਂ ਹੀ ਨੇ, ਮੈਂ ਇਹੀ ਕਹੂੰਗੀ, ਹੈ ਨਾ। ਕਿਉਂਕਿ ਜੋ ਜਿਵੇਂ ਅਸੀਂ ਉਹਨੂੰ ਬਚਪਨ ਤੋਂ ਦੇਖਦੇ ਆ ਰਹੇ ਹਾਂ, ਅਸੀਂ ਮੇਰੇ ਹਸਬੈਂਡ ਵੀ ਜੋਬ ਕਰਦੇ ਹਾਂ, ਮੈਂ ਵੀ ਜੋਬ ਕਰਦੀ ਹਾਂ, ਔਰ ਅਸੀਂ ਬਹੁਤ ਵਾਰੀ ਇਸਨੂੰ ਛੱਡ ਕੇ ਅਸੀਂ ਆਪਣੀ ਜੋਬ 'ਤੇ ਹੁੰਦੇ ਹਾਂ, ਪਰ ਕਦੀ ਵੀ ਅੱਜ ਤੱਕ ਇੰਨੇ ਸਾਲਾਂ ਦੇ ਵਿੱਚ ਅਗਮ ਨੌਵੀਂ ਕਲਾਸ ਵਿੱਚ ਹੋ ਗਿਆ, ਕਿਸੇ ਵੱਲੋਂ ਇਹ ਨਹੀਂ ਆਇਆ ਦਾਦੀ ਵੱਲੋਂ ਜਾਂ ਇਹਦੀ ਭੂਆ ਵੱਲੋਂ ਕਿ ਇਹ ਸਾਨੂੰ ਪਰੇਸ਼ਾਨ ਕਰਦਾ ਗਾ ਵੀ ਤੁਸੀਂ ਆ ਕੇ ਆਪਣੇ ਬੱਚੇ ਨੂੰ ਸੰਭਾਲੋ। ਕਦੀ ਵੀ ਨਹੀਂ ਇਹੋ ਜਿਹਾ ਸਾਨੂੰ ਚਾਂਸ ਕਦੀ ਸੁਣਨ ਨੂੰ ਮਿਲਿਆ। ਦਿਆਵੰਤ ਇੰਨਾ ਗਾ ਕਿ ਜੇ ਰੋਟੀਆਂ ਪਕਾ ਕੇ ਰੱਖੀਆਂ ਨੇ ਅਤੇ ਜੇ ਗਲੀ ਵਿੱਚ ਕੋਈ ਆਵਾਰਾ ਪਸ਼ੂ ਵੀ ਆ ਗਿਆ ਨਾ, ਅਤੇ ਇਸਨੇ ਸਾਡੇ ਤੋਂ ਬਿਨਾਂ ਪੁੱਛੇ ਰੋਟੀਆਂ ਚੱਕ ਕੇ ਉਸਨੂੰ ਪਾ ਦੇਣੀਆਂ ਨੇ, ਔਰ ਇਹਨੇ ਇਹੀ ਕਹਿਣਾ ਆਪਾਂ ਤਾਂ ਆਪ ਬਣਾ ਕੇ ਫਿਰ ਵੀ ਖਾ ਲਵਾਂਗੇ, ਇਹਨਾਂ ਨੂੰ ਕੌਣ ਖਵਾਏਗਾ। ਅਤੇ ਸਹਿਣਸ਼ੀਲਤਾ ਬਹੁਤ ਹੈਗੀ, ਅਤੇ ਗੁਰੂ ਘਰ ਦੇ ਨਾਲ ਜਦੋਂ ਤੈਨੂੰ ਸੁਰਤ ਸੰਭਾਲੀ ਹੈ ਉਦੋਂ ਤੋਂ ਹੀ ਜੁੜਿਆ ਹੋਇਆ ਗਾ। ਅੱਜ ਦੇ ਦਿਨ ਦੇ ਵਿੱਚ ਵੀ ਪ੍ਰਭਾਤ ਫੇਰੀਆਂ ਚੱਲ ਰਹੀਆਂ ਨੇ, ਅਤੇ ਸਾਨੂੰ ਨਾ ਮੋਰਨਿੰਗ ਦੇ ਵਿੱਚ ਇਸਨੂੰ ਅੰਮ੍ਰਿਤ ਵੇਲੇ ਉਠਾਉਣ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਕਿ ਅਗਮ ਉੱਠ ਜਾਓ ਬੇਟੇ 4 ਵੱਜ ਗਏ, ਸਗੋਂ ਨੇ ਸਾਨੂੰ ਇਹ ਉਠਾਉਂਦਾ ਕਿ ਉੱਠ ਜਾਓ ਅੰਮ੍ਰਿਤ ਵੇਲਾ ਹੋ ਗਿਆ ਗਾ, ਅਤੇ ਚਲੋ ਉੱਠ ਕੇ ਇਸ਼ਨਾਨ ਕਰੋ ਅਤੇ ਗੁਰਦੁਆਰਾ ਸਾਹਿਬ ਚੱਲੀਏ। ਅੱਜ ਵੀ ਇਹ ਬਿਨਾਂ ਨਾਗਾ ਪਾਏ ਅੰਮ੍ਰਿਤ ਵੇਲੇ ਉੱਠ ਕੇ ਪ੍ਰਭਾਤ ਫੇਰੀਆਂ 'ਤੇ ਜਾਂਦਾ ਗਾ, ਸ਼ਾਮ ਨੂੰ ਵੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦਾ ਹੈ। ਅਤੇ ਰਹੀ ਇਹਦੇ ਗੱਤਕੇ ਦੀ ਗੱਲ, ਤਾਂ ਗੱਤਕਾ ਇਹਨੇ 7 ਸਾਲਾਂ ਦੀ ਉਮਰ ਦੇ ਵਿੱਚ ਜਿਹੜਾ ਖੇਡਣਾ ਸ਼ੁਰੂ ਕਰ ਦਿੱਤਾ ਸੀਗਾ, ਅਤੇ 3 ਕਲਾਸ ਵਿੱਚ ਪੜ੍ਹਦਾ ਸੀ ਜਦੋਂ ਤਾਂ ਇਸਨੇ ਆਪਣੇ ਸਿਰ ਦੇ ਉੱਤੇ ਦੁਮਾਲਾ ਸਜਾਉਣਾ ਸ਼ੁਰੂ ਕਰ ਦਿੱਤਾ, ਅਤੇ 6 ਕਲਾਸ ਵਿੱਚ ਅਸੀਂ ਇਸਨੂੰ ਗੁਰੂ ਦੇ ਲੜ ਲਾ ਦਿੱਤਾ ਸੀ, ਇਸਨੂੰ ਅਸੀਂ ਅੰਮ੍ਰਿਤ ਛਕਾ ਦਿੱਤਾ ਸੀਗਾ। ਅਤੇ ਅੱਜ ਇਹ ਕੌਣ ਕਿਸਮੇ ਹੈ, ਕਿਤਨਾ ਇਹ ਦਮ ਦੇ ਵਿੱਚ ਇਹ ਪਾਰਟੀਸਪੇਟ ਕਰਕੇ ਆਪਣੇ 4 ਰਾਊਂਡ ਕਲੀਅਰ ਕਰਕੇ ਫਾਈਨਲ ਦੇ ਵਿੱਚ ਜਿਹੜਾ ਹੁਣੇ ਪਹੁੰਚ ਚੁੱਕਿਆ ਗਾ। ਅਤੇ ਅਸੀਂ ਬਸ ਇਹੀ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਸਾਡਾ ਬੇਟਾ ਇਸ ਫਾਈਨਲ ਰਾਊਂਡ ਦੇ ਵਿੱਚੋਂ ਵੀ ਵਿਨਰ ਰਹੇ, ਆਪਣੇ ਦੇਸ਼ ਆਪਣੇ ਸਕੂਲ ਦਾ ਨਾਮ ਹੈ ਜਿਹੜਾ ਉਹ ਰੋਸ਼ਨ ਕਰੇ। ਅਤੇ ਮੇਰੀਆਂ ਬਹੁਤ ਸਾਰੀਆਂ ਢੇਰ ਸਾਰੀਆਂ ਦੁਆਵਾਂ, ਮੇਰੀਆਂ ਸ਼ੁਭ ਇੱਛਾਵਾਂ ਮੇਰੇ ਬੇਟੇ ਦੇ ਨਾਲ ਨੇ। ਅਤੇ ਰਹੀ ਇਹਦੇ ਪੜ੍ਹਾਈ ਦੀ ਗੱਲ, ਅਤੇ ਪੜ੍ਹਾਈ ਲਿਖਾਈ ਦੇ ਵਿੱਚ ਇਹ ਜਿਵੇਂ ਆਪਾਂ ਕਹਿ ਦਿੰਦੇ ਕਿ ਐਵਰੇਜ ਬੱਚਾ ਐਵਰੇਜ ਤੋਂ ਉੱਪਰ ਹੈਗਾ, ਅਸੀਂ ਅੱਜ ਤੱਕ ਇਸ ਦੇ ਉੱਤੇ ਕਦੀ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਪਾਇਆ ਕਿ ਅਗਮ ਤੂੰ ਇੰਨੇ ਨੰਬਰ ਲੈਣੇ ਆਗੇ। ਮੈਂ ਕਹਿੰਦੀ ਹੁੰਦੀ ਕਿ ਸਾਡੇ ਸੁਪਨੇ ਪੂਰੇ ਕਰਨ ਵਾਸਤੇ ਨਹੀਂ ਆਇਆ, ਇਹ ਆਪਣੇ ਸੁਪਨੇ ਪੂਰੇ ਕਰਨ ਵਾਸਤੇ ਆਇਆ। ਮੈਂ ਤਾਂ ਇਹੀ ਸੋਚ ਰਹੀ ਹੁੰਦੀ ਹਾਂ ਕਿ ਜੇ ਅਸੀਂ ਇੰਨੀ ਉਮਰ ਹੰਢਾਲੀ, ਜੇ ਅਸੀਂ ਆਪਣੇ ਸੁਪਨੇ ਆਪ ਪੂਰੇ ਨਹੀਂ ਕਰ ਸਕੇ, ਤਾਂ ਅਸੀਂ ਕਦੀ ਨਹੀਂ ਚਾਹਾਂਗੇ ਕਿ ਅਸੀਂ ਆਪਣੇ ਸੁਪਨਿਆਂ ਦਾ ਬੋਝ ਅਸੀਂ ਅਗਮ ਦੇ ਉੱਪਰ ਥੋਪੀਏ। ਇਹ ਆਪਣੇ ਸੁਪਨੇ ਪੂਰੇ ਕਰੇ, ਅਸੀਂ ਉਹਨੂੰ ਪ੍ਰੋਪਰ ਗਾਈਡਲਾਈਨ ਦਿੰਦੇ ਹਾਂਗੇ ਵੀ ਅਗਮ ਆਪਣੇ ਮਕਸਦ ਤੋਂ ਭਟਕਣਾ ਨਹੀਂ ਹੈ, ਹਮੇਸ਼ਾ ਨਿਮਰਤਾ ਦੇ ਨਾਲ ਰਹਿਣਾ, ਕਦੀ ਕਿਸੇ ਬੱਚੇ ਨਾਲ ਲੜਾਈ ਝਗੜਾ ਨਹੀਂ ਕਰਨਾ, ਕਿਉਂਕਿ ਆਪਾਂ ਗੁਰਸਿੱਖੀ ਜੀਵਨ ਦੇ ਵਿੱਚ ਜਿਉਂ ਰਹੇ ਹਾਂਗੇ, ਅਤੇ ਗੁਰਸਿੱਖੀ ਜੀਵਨ ਨੂੰ ਆਪਾਂ ਕਦੀ ਲਾਜ ਨਹੀਂ ਲਾਉਣੀਗੀ। ਅਤੇ ਅਸੀਂ ਇਹਨੂੰ ਮਤਲਬ ਕਿ ਇਸਨੂੰ ਗਾਈਡ ਕਰਦੇ ਰਹਿੰਦੇ ਹਾਂਗੇ ਕਿ ਅਗਰ ਇਸ ਸਟੱਡੀ ਵੱਲ ਨਿਕਲਣਾ ਗਾ ਤਾਂ ਇਹਨੂੰ ਆਹ ਕੰਮ ਕਰਨਾ ਪਏਗਾ, ਆਹ ਕੰਮ ਕਰੇਗਾ। ਇਹਨੂੰ ਆਰਟ ਐਂਡ ਕਰਾਫਟ ਦਾ ਬੜਾ ਸ਼ੌਂਕ ਹੈਗਾ, ਇਸਨੂੰ ਚੈੱਸ ਖੇਡਣ ਦਾ ਬੜਾ ਸ਼ੌਂਕ ਹੈਗਾ, ਇਹਨੂੰ ਆਪਣੇ ਦੋਸਤਾਂ ਦੇ ਨਾਲ ਗੱਲਾਂ ਕਰਨ ਦਾ ਬੜਾ ਸ਼ੌਂਕ ਹੈਗਾ। ਅਤੇ ਰਹੀ ਗੱਲ ਘਰ ਦੇ ਕੰਮ ਦੀ ਗੱਲ,
ਤਾਂ ਮੇਰੇ ਨਾਲ ਘਰ ਦੇ ਕੰਮਾਂ ਵਿੱਚ ਵੀ ਪੂਰਾ ਹੱਥ ਵਟਾਉਂਦਾ ਗਾ। ਅਤੇ ਬਸ ਮੇਰਾ ਇਹੀ ਡ੍ਰੀਮ ਹੈ ਕਿ ਅਗਮ ਹੈ ਜਿਹੜਾ ਆਪਣੇ ਸੁਪਨਿਆਂ ਨੂੰ ਪੂਰਾ ਕਰਦਾ ਹੋਏ ਅੱਗੇ ਦੀ ਅੱਗੇ ਵਧੇ, ਅਤੇ ਜਿਹੜੀ ਸਿਰ 'ਤੇ ਇਸਦੇ ਦਸਤਾਰ ਹੈ ਉਸ ਦਸਤਾਰ ਦੀ ਲਾਜ ਰੱਖੇ, ਅਤੇ ਜਿਹੜਾ ਸਾਰਾ ਜੀਵਨ ਹੈ ਜਿਹੜਾ ਗੁਰਸਿੱਖੀ ਜੀਵਨ ਹੀ ਦੇ ਨਾਲ ਹੀ ਨਿਭੇ। ਧੰਨਵਾਦ ਜੀ। ਸਾਡੇ ਸਕੂਲ 'ਚ ਵਿਸਾਖੀ ਹੁੰਦੀ ਹੈ ਤਾਂ ਉਦੋਂ ਮੈਂ ਆਪਣਾ ਗੱਤਕਾ ਜਿਹੜਾ ਹੈ ਉਹ ਪ੍ਰਦਰਸ਼ ਕਰਦਾ ਹਾਂ, ਅਤੇ ਐਨੂਅਲ ਫੰਕਸ਼ਨ 'ਚ ਮੈਂ ਨਾਟਕ ਵੀ ਖੇਡੇ ਹੋਏ, ਮੈਨੂੰ ਨਾਟਕ ਵੀ ਕਰਨਾ ਆਉਂਦਾ ਹੈ, ਅਤੇ ਮੈਨੂੰ ਗਾਣਾ ਵੀ ਆਉਂਦਾ ਹੈ ਜਿਹੜਾ ਮੈਂ ਸਕੂਲ 'ਚ ਕਰਤਾ ਹੋਇਆ ਹੈ, ਅਤੇ ਮੈਂ ਸਕਾਊਟ ਐਂਡ ਗਾਈਡ ਵੀ ਗਾਈਡ ਵਿੱਚ ਵੀ ਹਾਂ, ਮੈਂ ਉਹਦੇ 'ਚ ਪਾਰਟੀਸਪੇਟ ਕੀਤਾ ਹੋਇਆ ਹੈ, ਮੈਨੂੰ ਪਰੇਡ ਵੀ ਕਰਨੀ ਆਉਂਦੀ ਹੈ, ਮੈਂ ਆਪਣਾ ਹੁਣ ਸਿੱਕਮ ਵੀ ਜਾਊਂਗਾ ਸਕਾਊਟ ਐਂਡ ਗਾਈਡ ਦੀ ਖਾਤਰ, ਅਤੇ ਅਜੇ 'ਚ ਅੱਗੇ ਜਾਵਾਂਗੇ ਜੇ ਮੈਨੂੰ ਆਪਣੇ ਪਰਿਵਾਰ ਦੇ ਹੈ ਨਾ ਕਿਸੇ ਸਦੱਸਿਆਂ ਦਾ ਵੀ ਕੰਮ ਕਰਦਾ ਰਿਹਾ ਹੈ, ਮੈਂ ਜਿਵੇਂ ਕਿ ਆਪਣੇ ਚਾਚੀ ਜੀ ਦਾ, ਆਪਣੇ ਦਾਦੀ ਦਾ, ਅਤੇ ਹੋਰ ਵੀ ਕਈਆਂ ਦੀ ਆਪਾਂ ਮਦਦ ਕਰਦੇ ਹੈਗੇ ਹਾਂ, ਅਤੇ ਐਂ ਆਪਾਂ ਕਰਦੇ ਰਹਾਂਗੇ, ਆਪਾਂ ਵੱਡਿਆਂ ਸਤਿਕਾਰ ਕਰੀਦਾ ਹੈ, ਛੋਟੇ ਨੂੰ ਪਿਆਰ ਦੇਈਦਾ ਹੈ, ਅਤੇ ਮਿੱਤਰਾਂ ਨਾਲ ਫਿਰ ਤਾਂ। ਮੇਰਾ ਨਾਮ ਜਸਵਿੰਦਰ ਕੌਰ ਹੈ ਅਤੇ ਅਸੀਂ ਮਤੀ ਦਾਸ ਨਗਰ ਦੇ ਰਹਿਣ ਵਾਲੇ ਹਾਂ, ਅਤੇ ਮੈਂ ਆਪਣੇ ਬੱਚੇ ਬਾਰੇ ਅਗਮਪ੍ਰੀਤ ਬਾਰੇ ਦੱਸਣਾ ਚਾਹਾਂਗੀ। ਇਹ 6 ਮਹੀਨਿਆਂ ਦਾ ਸੀ ਜਦੋਂ ਮੈਂ ਮੇਰੇ ਕੋਲ ਰਹਿਣ ਲੱਗਿਆ ਅਤੇ ਮੰਮਾ ਬੀਐਡ ਕਰਨ ਲੱਗ ਗਏ ਸੀ। ਹਾਂਜੀ, ਅਤੇ ਇਹਨੂੰ ਬਚਪਨ ਤੋਂ ਹੀ ਗੱਤਕੇ ਦਾ ਸ਼ੌਂਕ ਸੀ ਕਿ ਸਾਡੇ ਗੁਰਦੁਆਰਾ ਸਾਹਿਬ ਸਿਖਾਉਂਦੇ ਨੇ ਗੱਤਕਾ, ਉੱਥੇ ਜਾਂਦਾ ਰਹਿੰਦਾ, ਉੱਥੋਂ ਹੀ ਸਿੱਖਿਆ ਇਹ, ਅਤੇ ਨਗਰ ਕੀਰਤਨ ਵਿੱਚ ਗੱਤਕਾ ਕਰਦਾ ਰਿਹਾ। ਅਗਮਪ੍ਰੀਤ ਸਿੰਘ ਪੜ੍ਹਾਈ ਲਿਖਾਈ ਦੇ ਵਿੱਚ ਵੀ ਬਹੁਤ ਅੱਛਾ ਹੈ, ਅੱਛੇ ਨੰਬਰਾਂ ਨਾਲ ਪਾਸ ਹੋ ਜਾਂਦਾ। ਅਗਮਪ੍ਰੀਤ ਜਦੋਂ ਘਰ ਫ੍ਰੀ ਹੁੰਦਾ
ਸ਼ੁਰੂ ਸ਼ੁਰੂ 'ਚ ਇਹ ਦਰੱਖਤਾਂ ਦੇ ਪੱਤੇ ਤੋੜ ਕੇ ਉਹਨਾਂ ਤੋਂ ਬਣਾਉਂਦਾ ਸੀਗਾ, ਉਹਨਾਂ ਨੂੰ ਪਾਣੀ ਦੇ ਵਿੱਚ ਘੋਲ ਕੇ ਕਹਿ ਦਿੰਦਾ ਸੀ ਮੈਂ ਦਰੱਖਤਾਂ 'ਤੇ ਇਹਦਾ ਸਪਰੇਅ ਕਰਨੀ ਆ ਅਤੇ ਇਹਦੇ ਨਾਲ ਪੌਦੇ ਅੱਛੇ ਹੁੰਦੇ ਨੇ। ਸ਼ੁਰੂ ਸ਼ੁਰੂ 'ਚ ਇਹੋ ਜਿਹੀਆਂ ਗੱਲਾਂ ਤੋਂ ਸ਼ੁਰੂ ਕੀਤਾ ਸੀ ਇਹਨੇ, ਅਤੇ ਉੱਤੋਂ ਬਣਾ ਕੇ ਫਿਰ ਮੈਨੂੰ ਨੀਚੇ ਦਿਖਾਉਣ ਜਾਂਦਾ ਇਹ ਕਿ ਮੈਂ ਆਹ ਗ੍ਰੀਨ ਕਲਰ ਬਣਾਇਆ, ਅੱਜ ਮੈਂ ਆਹ ਪਰਪਲ ਫੁੱਲ ਤੋੜੇ ਜਾਂ ਕੋਈ ਵੀ ਇਸ ਤਰ੍ਹਾਂ ਦੇ ਫੁੱਲਾਂ ਦੇ ਕਲਰ ਬਣਾ ਕੇ ਉਹਨਾਂ ਨੂੰ ਦਰੱਖਤਾਂ 'ਤੇ ਛਿੜਕਦਾ ਰਹਿੰਦਾ ਕਿ ਇਹਦੇ ਨਾਲ ਇਹ ਪੌਦਿਆਂ ਨੂੰ ਤਾਕਤ ਮਿਲਦੀ ਹੈ। ਇਹ ਇੱਕ ਮੇਰਾ ਬੇਟਾ ਅਤੇ ਇੱਕ ਇਹ ਦੋਨੇ ਬਹੁਤ ਅੱਗ ਦੀਆਂ ਖੇਡਾਂ ਬਹੁਤ ਖੇਡਦੇ ਆ, ਬਹੁਤ ਪਲਾਸਟਿਕ ਇਹਨਾਂ ਨੇ ਬਹੁਤ ਮਚਾ ਮਚਾ ਕੇ ਦੇਖਿਆ, ਲਿਫਾਫੇ ਕੋਈ ਇਹਨਾਂ ਦੀਆਂ ਕਾਰਾਂ ਛੋਟੀਆਂ ਜਿਹੜੀਆਂ ਖੇਡਣ ਵਾਲੀਆਂ ਉਹ ਫੋਨ ਤੋੜ ਕੇ ਅੰਦਰੋਂ ਦੇਖਣਾ, ਇਹਨਾਂ ਦੇ ਸ਼ੌਂਕ ਨੇ। ਅਗਮਪ੍ਰੀਤ ਤਾਂ ਜਦੋਂ ਸੁਬਾਹ ਉੱਠਦਾ ਹੈ ਗੁਰਦੁਆਰਾ ਸਾਹਿਬ ਜਾਂਦਾ, ਉੱਥੇ ਗੱਤਕੇ ਦੀ ਪ੍ਰੈਕਟਿਸ ਕਰਦਾ ਅਤੇ ਮੇਰੇ ਇੱਕ ਦੋ ਕੰਮ ਵੀ ਕਰਦਾ। ਹੋਰ ਬੋਲਦੀਆਂ ਵੀ ਅਸੀਂ ਇੱਕ ਬਿਲਕੁਲ ਆਮ ਪਰਿਵਾਰ 'ਚੋਂ ਉੱਠੇ ਹੋਏ ਬੱਚੇ ਆ ਇਹ, ਇਹਨਾਂ ਨੇ ਬਹੁਤ ਸਟਰਗਲ ਦੀ ਜ਼ਿੰਦਗੀ ਦੇਖੀ ਹੋਈ ਆ ਅਤੇ ਉੱਥੋਂ ਹੀ ਇਹਨਾਂ ਦੀ ਸੋਚ ਇਹਨਾਂ ਨੂੰ ਅੱਗੇ ਲੈ ਕੇ ਜਾ ਰਹੀ ਆ। ਕਵਿਤਾ ਕਵੀ ਅੰਦਰ ਲਾਲ ਲੁਪਰੀ ਦੁਆਰਾ ਲਿਖੀ ਗਈ ਇੱਕ ਦਿਲ ਨੂੰ ਜਕੀਰਨ ਵਾਲੀ ਕਵਿਤਾ ਹੈ। ਇਸ ਵਿੱਚ ਕਵੀ ਨੇ ਮਾਤਾ ਗੁਜਰੀ ਤੋਂ ਉਹਨਾਂ ਦੇ ਪੋਤਿਆਂ ਛੋਟੇ ਸਾਹਿਬਜ਼ਾਦਿਆਂ ਦੇ ਵਿਛੋੜੇ ਦਾ ਬਹੁਤ ਦਰਦ ਭਰੇ ਢੰਗ ਨਾਲ ਬਿਨਾਂ ਕੀਤਾ ਹੈ। ਇੱਕ ਦਾਦੀ ਅਤੇ ਆਪਣੇ ਪੋਤਿਆਂ ਦੇ ਵਿਛੋੜੇ ਨਾਲ ਹੀ ਬੀਤਦੀ ਹੈ ਇਸ ਕਵਿਤਾ ਵਿੱਚ ਦਰਸਾਇਆ ਗਿਆ ਹੈ। ਮਾਤਾ ਗੁਜਰੀ ਜੀ ਨੂੰ ਆਪਣੇ ਪੋਤਿਆਂ ਦੇ ਵਿਆਹ ਦੀ ਘੋੜੀ ਵਿਛੋੜੇ ਦੇ ਦਰਦ ਨੂੰ ਘੋੜੀ ਗਾ ਕੇ ਬਿਆਨ ਕਰਦੇ ਸਨ। ਮਾਤਾ ਗੁਜਰੀ ਜੀ ਕਹਿੰਦੇ ਸਨ ਕਿ ਉਹਨਾਂ ਆਪਣੀਆਂ ਅੱਖਾਂ ਦੇ ਤਾਰੇ ਉਹਨਾਂ ਦੇ ਛੋਟੇ ਪੋਤੇ ਨਜ਼ਰ ਹੀ ਨਹੀਂ ਆ ਰਹੇ ਸਨ। ਉਹਨਾਂ ਦੇ ਪਿਛਲੇ ਰਾਤ ਹੀ ਆਪਣੇ ਪੋਤਿਆਂ ਦੇ ਕੋਮਲ ਸਰੀਰ ਤੋਂ ਹੱਥ ਫੇਰ ਕੇ ਮੈਂ ਧੰਨਵਾਦ ਕਰਦਾ ਹਾਂ ਆਪਣੀ ਮੰਮੀ ਪਾਪਾ ਦਾ ਅਤੇ ਆਪਣੀ ਪੂਰੀ ਫੈਮਲੀ ਦਾ ਜੋ ਮੇਰੀ ਹਰ ਇੱਕ ਵਿਸ਼ ਪੂਰੀ ਕਰਦੇ ਹਨ ਅਤੇ ਮੇਰੀ ਸਪੋਰਟ ਕਰਦੇ ਨੇ। ਉਹਨਾਂ ਦੇ ਕਰਨੀ ਮੈਂ ਅੱਜ ਫਾਈਨਲ ਤੱਕ ਪਹੁੰਚਿਆ ਹਾਂ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਮੈਂ ਫਾਈਨਲ ਜਿੱਤ ਗਿਆ ਵਾਂ ਅਤੇ ਆਪਣੇ ਮੰਮੀ ਪਾਪਾ ਦਾ ਆਪਣੀ ਫੈਮਲੀ ਦਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਾਂ। ਧੰਨਵਾਦ ਕਰਦਾ ਹਾਂ ਵਰੁਣ ਸਰ ਦਾ ਅਤੇ KKHD ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਦਿੱਤਾ। ਥੈਂਕ ਯੂ KKHD।